क्या टाइम हो यहाँ पला? अबे साले अपुन से तो टाइम पूछता है, तेरी इतनी हिम्मत? 8:30 रात 4 बज गए ने, 3 बंदे ताड़े घर वाड़ गए ने, एक थले 2 कोठे से चढ़ गए ने। बेबी आ जाओ। ਕੁੜੀਆਂ ਵਾਲੋ ਚੀਜ਼ ਮੰਡੀ ਦੀ ਲਈ ਜਾਓ। ਓਏ ਹਲਾਤ ਹੱਥੋਂ ਗੁੰਡੇ ਬਣਨ ਵਾਲਿਓ, ਆ ਜਾਓ ਅੱਗੇ। ਲੈ ਵੀ ਰੁਪਈਆ ਰੁਪਈਆ ਕੱਢ ਕੇ ਹੱਥ ਚ ਫੜ ਲਓ, ਪਾਈਪ ਕਾਨੇ ਵਾਲਾ ਉਧਾਰ ਨੀ ਕਰਦਾ। ਕਾਕਾ ਤੂੰ ਲੈਣਾ? ਯੇ ਲੈ ਤੇਰੇ ਲਈ ਤੋਹਫਾ। ਐ ਲੈ ਬੱਚੂ, ਬਾਹਰ ਜਾ ਕੇ ਖੇਲ ਜਾ ਬੱਚ। ਮੇਰਾ ਵਾ ਨਾ ਲੜੋ। ਸੌਰੀ ਦੀ ਮਿਸਟੇਕ। ਤੈਨੂੰ ਹੁਣ ਮੈਂ ਇੱਕ ਐਸੀ ਚੀਜ਼ ਬਣਾ ਕੇ ਦਿਆਂਗਾ ਜਿਹਨੂੰ ਹੱਥ ਦੇ ਵਿੱਚ ਫੜ ਤੇ ਤੈਨੂੰ ਖੁਸ਼ੀ ਚੜ ਜਾਏਗੀ। ਐਲਾ ਬੱਚੇ ਮੌਜ ਕਰ, ਮੈਂ ਹੁਣ ਆਪਣੇ ਵਾਸਤੇ ਵੀ ਕੁਛ ਬਣਾ ਲਵਾਂ। ਹਰਾ ਕੰਮ ਮੈਂ ਖਰਾ। ਹੁਣ ਮੱਲੇ ਦੀਆਂ ਧੀਆਂ ਭੈਣਾਂ ਨੂੰ ਕੋਈ ਬੰਦਾ ਨੀ ਛੇੜੇਗਾ। ਓਏ ਬਦਮਾਸ਼ੋ, ਸਭ ਤੋਂ ਪਹਿਲੇ ਮੈਂ ਉਸ ਘਰ ਵਾਲੇ ਕੋ ਜਾਵਾਂਗਾ ਤੇ ਉੱਥੇ ਜਾ ਕੇ ਉਹਦੀ ਮਾਂ ਭੈਣ ਇੱਕ ਕਰ ਦਿਆਂਗਾ। ਨਹੀਂ ਛੱਡਾਂਗਾ। ਓਏ ਕਾਸ਼ੀ, ਚੱਲ ਬਹੁਤਾ ਸ਼ੋਖਾ ਨਾ ਹੋ। ਉਹ ਤੇਰਾ ਨਾਂ ਕਾਸ਼ੀ ਹੈ? ਹਾਂਜੀ। ਤੇ ਮੇਰਾ ਨਾਂ ਇੰਸਪੈਕਟਰ ਥੋੜੀ। ਕੱਲ ਰਾਤ ਜਿਹੜਾ ਇੱਥੇ ਡਰਾਮਾ ਹੋਇਆ ਉਹਦੇ ਬਾਰੇ ਤੈਨੂੰ ਕੁਛ ਪਤਾ ਹੈ ਕਿ ਨਹੀਂ ਕਾਕਾ? ਨਹੀਂ, ਮੈਨੂੰ ਨਹੀਂ ਪਤਾ। ਫਿਰ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਤੇਰੀ ਨਾਲ ਦੀ ਮਾਸੀ ਨੇ ਉਹਨੂੰ ਫੈਰ ਮਾਰੇ। ਫੈਰ? ਐਡਾ ਚੂਚਾ ਨਾ ਬਣ, ਤੇਰੇ ਨਾਲ ਦੇ ਘਰ ਫੈਰਿੰਗ ਹੋਈ ਤੇ ਜਨਾਬ ਹੋਣਾ ਨੂੰ ਪਤਾ ਹੀ ਨਹੀਂ ਲੱਗਾ। ਇੱਧਰ ਦੇਖ। ਹੈਂ? ਮੈਂ ਉਹਦੇ ਤੇ ਫੈਰਿੰਗ ਕੀਤੀ ਤੇ ਉਹਨੇ ਇੱਥੇ ਥੋੜਿੰਗ ਕੀਤੀ ਤੇ ਬਾਰੀ ਥਾਣੀ ਨੱਸ ਗਿਆ। ਐਡਾ ਵੱਡਾ ਥੋੜਾ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਇੰਸਪੈਕਟਰ, ਤੇ ਉਤੋਂ ਉਹਨੇ ਮੂੰਹ ਤੇ ਕੋਈ ਹਰੇ ਜੇ ਰੰਗ। ਮੈਂ ਕਿੱਥੇ ਸੀ? ਉਹ ਇੱਥੇ ਹੀ ਸੀ। ਮੈਨੂੰ ਹੁਣ ਇਹ ਦੱਸ, ਤੈਨੂੰ ਫੈਰਿੰਗ ਦੀ ਆਵਾਜ਼ ਆਈ ਸੀ ਕਿ ਨਹੀਂ? ਨਹੀਂ ਆਈ ਫੈਰ, ਮੈਂ ਤੇਰਾ ਘੱਟ ਸੁਣਦਾ ਭਾਜੀ, ਮੈਨੂੰ ਆਵਾਜ਼ ਨਹੀਂ ਆਈ। ਸੈੱਟ ਹੋ ਜਾਏਗਾ ਪੁੱਤ। ਆ ਮੇਰਾ ਕਾਰਡ ਆ, ਜੇ ਮੇਰੇ ਜਾਣ ਤੋਂ ਬਾਅਦ ਵੀ ਕੋਈ ਗੱਲ ਯਾਦ ਆ ਜੇ ਤੇ ਮੈਨੂੰ ਦੱਸ ਦੀ, ਨਾਲੇ ਕੰਨਾਂ ਦੀ ਸਫਾਈ ਵੀ ਕਰਾ ਜਾ ਕੇ। ਬਿਲਕੁਲ ਜੀ, ਕਰਾਉਣਾ। ਆ ਨਾਲ ਇੱਕ ਬੰਦਾ ਹੈਗਾ, ਸਵੇਰੇ ਕਰਾਉਣਾ ਜਾ ਕੇ। ਅੱਜ ਫਿਰ ਗਾਲਾਂ ਕੱਢੀਆਂ। ਓਏ ਅੱਜ ਫਿਰ ਲੇਟ। ਓ ਚਾਬੀ ਕਿੱਥੇ ਗਈ? ਓਏ ਓ ਮੇਰੀ ਚਾਬੀ ਕਿੱਥੇ ਗਈ?